असलमैकम वरहमत लाला वबरकतू तुम वेखते पे जी अब्दुल सतार ऑफिशियल चैनल तो मैं जी द्वाडा अपना अब्दुल सतार मैं जी एक किसान किसान तो इलावा जी मेरा जो कोई शोभा नहीं मैं जरात करना हाँ आपका कोई आलू ला, ला ले कणक ला ले इस तरह ना कोई सब्जियां ला ली आपका जी ना ਤੋ ਜਿਹੜਾ ਵੀ ਹੈ ਇਹ ਰਾਜਾ ਤਦ ਕਰਦੇ ਬਾਹਰ ਦੇ ਉਚਲਾਣਾ ਹਾਂ ਮੇਰੇ ਕੋਲ ਜੀ ਜ਼ਮੀਨ ਹੈ ਸਾਰੀ ਅੱਲਾ ਦਿੱਤੀ ਹੈ ਜੀ ਅੱਲਾ ਪਾਕ ਦਾ ਲੱਖ ਲੱਖ ਸ਼ੁਕਰ ਹੈ ਹੁਣ ਤੁਹਾਨੂੰ ਮੈਂ ਇੱਕ ਗੱਲ ਦੱਸਣ ਲੱਗਾ ਹਾਂ ਕਰੋੜੇ ਦੇ ਬਾਰੇ ਕਰੋੜਾ ਮੇਰੀ ਜ਼ਿੰਦਗੀ ਵਿੱਚ ਪਹਿਲੀ ਫਸਲ ਹੈ ਜੀ ਮੈਂ ਪਹਿੜੇ ਕਰੋੜਾ ਕੋ ਨਹੀਂ ਲਾਇਆ ਕਰੋੜਾ ਦੇ ਵਿੱਚ ਇਹ ਜੀ ਕਿ ਇਹਨੂੰ ਮੈਂ ਜਦੋਂ 70 ਦਿਨ ਤੱਕ ਵੇਖਦਾ ਨਹੀਂ ਕੋਈ ਵੱਲ ਪਾਟ ਤੇ ਮਿੰਨ ਛੋਟੇ ਛੋਟੇ ਆਲੂ ਨਜ਼ਰ ਆਉਂਦੇ ਹੈ 70 ਤੋਂ 80 ਦੇੰਦੇ ਵਿੱਚ 10 ਦਿਨਾਂ ਵਿੱਚ ਇੰਨੇ ਕਿ ਗਰੋਥ ਕੀਤੀ ਹੈ ਨਾ ਐਨਾ ਕਿ ਇਹ ਬਣਿਆ ਹੈ ਕਿ ਜਿੰਦੀ ਹੱਦ ਨਹੀਂ ਇੱਥੇ ਜੇ ਮੈਂ ਨਾਲ ਦੱਸਦਾ ਚੱਲਾਂ ਕਿ ਜਿਹੜਾ ਇਹ ਸਾਡਾ ਆ ਹੈ ਨਾ 6-7 ਕਿਲੋ ਦਾ ਫਾਰਮ ਆ ਪਲਾਟ ਆ ਸਾਰਾ ਇਹ ਦਰਿਆ ਦੀ ਲਪੇਟ ਚੇਂਜ ਕਿ ਦਰਿਆ ਸਤਲੁਜ ਬਿਲਕੁਲ ਕੰਡੇ ਤੇ ਹੈ ਉਹ ਸਾਹਮਣੇ ਜਿਹੜਾ ਰਖਤ ਨਜ਼ਰ ਆਉਂਦੇ ਪੈਂ ਜੀ ਇਹਦੇ ਨਾਲ ਦੂਸਰੀ ਸਾਈਡ ਤੇ ਦਰਿਆ ਸਤਲੁਜ ਵਹਿ ਰਹੀ ਹੈ ਇਹਨਾਂ ਕੇ ਪਾਣੀ ਹੁੰਦੇ ਵਿੱਚ ਵੰਦਾ ਪਈ ਹੈ ਮੈਂ ਆਇਆ ਜੀ ਅੱਜ ਇਨਫੈਕਸ਼ਨ ਕਰਨ ਆਦਾ ਜੀ ਆਲੂ ਵੇਖਣ ਆਲੂ ਕੀ ਬਣੇ ਅੱਜ ਸਾਡਾ ਆਲੂ ਹੋ ਗਿਆ ਜੀ 95 ਦਿਨ ਦਾ ਤੇ ਆਪਾਂ ਜੀ ਇੱਕ ਪੌਦਾ ਪਾਠ ਤੇ ਦੇਖਣੇ ਹੈ ਅਸੀਂ ਅਚੰਦਨ ਪਹਿਲੇ ਨੂੰ ਸਪਰੇਅ ਕੀਤਾ ਜੀ ਪੈਰਾਕਵਾਟ ਦੇ ਨਾਮ ਤੋਂ ਪੌਣਾ ਲੀਟਰ ਪ੍ਰੀ ਏਕੜ ਪਰਸੂ ਕਰ ਗਏ ਆ ਤੇ ਅੱਜ ਆਇਆ ਤਾਂ ਬਿਲਕੁਲ ਜਿਹੜੀ ਵੱਲੀ ਹੈ ਨਾ ਜੀ ਉਹ ਮੁਰਜਾਈਆਂ ਪਈਆਂ ਸਾਰੀਆਂ ਪੱਤੇ ਆ ਵੇਖੋ ਲਿਪਟੇ ਪੈਣ ਕਿ ਵੱਲੀ ਅਸੀਂ ਖਤਮ ਕਰ ਰਹੇ ਹਾਂ ਹੁਣ ਇਹਨੂੰ ਹਰਵੈਸਟ ਅਸੀਂ ਕਰਨਾ ਹੈ ਤਕਰੀਬਨ ਕਿ 2 ਦਿਨ ਠਹਿਰ ਤੇ ਤਾਂ ਕਿ ਨਾ ਜੀ ਆਲੂ ਦੀ ਜਿਹੜੀ ਜਿਲਦ ਹੈ ਉਹ ਥੋੜੀ ਮੋਟੀ ਹੋ ਜਾਵੇ ਜਿਹੜੀ ਖੁਰਾਕ ਹੈ ਵੱਲੀ ਦੇ ਵਿੱਚ ਇਹਨਾਂ ਦੇ ਬੇਲਾਂ ਦੇ ਵਿੱਚ ਉਹ ਵਾਪਸ ਚਲੀ ਜਾਵੇ ਇਹਨਾਂ ਨੂੰ ਆਲੂ ਨੂੰ ਹੁਣ ਜੀ ਆਪਾਂ ਪਾਠ ਤੇ ਦੇਖਨੇ ਹੈ ਆਪਣੇ ਇੱਕ ਪੌਦੇ ਨੂੰ ਆਹ ਵੇਖੋ ਜੀ ਬismillahirrahmanirrahim ਮੈਨੂੰ ਦੋਨੋਂ ਵਿਸ਼ਵਾਸ ਹੈ ਜੀ ਆਲੂ ਜਿਹੜਾ ਸਾਡਾ 10 ਦਿਨ ਦੇ ਵਿੱਚ ਗਰੋਥ ਜਿਹੜੀ ਹੋਈ ਹੈ ਨਾ ਉਹ ਮਾਸ਼ਾਅੱਲਾ ਬੜੀ ਹੋਈ ਹੈ ਆਹ ਵੇਖੋ ਜੀ ਮਾਸ਼ਾਅੱਲਾ ਇਹ 70 ਦਿਨ ਤੋਂ ਪਹਿਲੇ ਮੈਨੂੰ ਵੇਖਦਾ ਇਹ ਬਿਲਕੁਲ ਗੋਲੀ ਹੁੰਦਾ ਜੀ ਬਿਲਕੁਲ ਛੋਟੇ ਛੋਟੇ ਹਾਂ ਹੁੰਦਾ ਹਾ ਕਹਿ ਲੋ ਕੇ ਜੀ ਆ ਐਡਾ ਐਡਾ ਜਿਹੜਾ ਸਭ ਤੋਂ ਵੱਡਾ ਆਲੂ ਆ ਨਾ ਜੀ ਉਹ ਐਡਾ ਐਡਾ ਹਾ ਮਾਸ਼ਾਅੱਲਾ ਹੁਣ ਵੇਖ ਲਓ ਜੀ ਆਲੂ ਭਰਪੂਰ ਵਿੱਚ ਬਣਾ ਪਈਏ ਐ ਵੇਖ ਲਓ ਜੀ ਸਾਨੂੰ ਇਹ ਜੀ ਬੀਜ ਮਿਲਿਆ ਪੁਰਾਣਾ 34 ਸਾਲ ਦਾ ਸਾਨੂੰ ਜ਼ਰਾ ਇਹਦੇ ਵਿੱਚ ਕੋਈ ਸਾਡਾ ਤਜਰਬਾ ਨਹੀਂ ਆ ਮਗਰ ਜਿਨੇ ਦਿੱਤਾ ਹੈ ਜੀ ਅੱਲਾਹ ਹੁੰਦਾ ਵੀ ਬਲਾ ਕਰੇ ਮਗਰ ਆ ਵੇਖੋ ਨਾ ਜੀ ਆਲੂ ਦਾ ਸੈਜ਼ਨ ਆ ਵੇਖੋ ਮੇਰੇ ਹੱਥ ਦੇ ਵਿੱਚ ਪੂਰਾ ਆਂਦਾ ਪਈ ਅਲਹਮਦੁਲਿਲਾ ਇੰਨਾ ਆਲੂ ਬਣ ਚੁੱਕਾ ਹੈ ਇੰਨਾ ਮੋਟਾ ਵੀ ਹੋ ਗਿਆ ਤੇ 10 ਤੋਂ 12 ਦਾਣੇ ਨੇ ਜੀ ਫੀ ਪੌਦੇ ਵਿੱਚ ਜਿਨ੍ਹਾਂ ਵਿੱਚ ਦੋ ਬੀਜ ਨੇ ਤੇ ਬਾਕੀ ਸਾਰਾ ਰਾਸ਼ਨ ਹੈ ਬਸ ਦੁਆ ਕਰੇ ਜੀ ਅੱਲਾਹ ਪਾਕ ਨਾ ਰੇਟ ਦੇ ਦੇਵੇ ਇਸ ਦਫਾ ਕਿਉਂਕਿ ਸਾਰੀ ਗੱਲ ਹੈ ਜੀ ਰੇਟ ਤੇ ਅਗਰ ਰੇਟ ਅੱਛਾ ਮਿਲ ਸੇ ਤਾਂ ਸਾਨੂੰ ਕੀ ਪ੍ਰੋਫਿਟ ਆ ਅਸੀਂ ਅਸੀਂ ਮਜ਼ੀਦ ਅਗਲੇ ਸਾਲ ਲਾਸਾਂ ਅਗਰ ਇਸ ਦਾ ਸਾਨੂੰ ਪ੍ਰੋਫਿਟ ਨਾ ਆਈ ਤੇ ਜੀ ਜਿਹੜਾ ਇਹ ਪਲਾਟ ਹੈ ਨਾ ਜੀ ਇਹ ਮੈਂ ਅਪਵਿਲ ਆਲੂ ਕੋਈ ਨਹੀਂ ਕਰਨਾ ਇਹ ਮੈਂ ਅਗਲੇ ਸਾਲ ਇਨਸ਼ਾਅੱਲਾ ਗੰਦਮ ਹੀ ਕਰਸਾਂ ਮਾਸ਼ਾਅੱਲਾ ਮਾਸ਼ਾਅੱਲਾ ਇੱਧੇ ਚੈੱਕ ਕਰੋ ਜੀ ਐਡਾ ਆਲੂ ਕਮ ਸੇ ਕਮ ਇਹਨੂੰ ਕਹਿ ਲਓ ਜੀ ਕਿ ਇਹ ਤਕਰੀਬਨ 3 ਤੋਂ 400 ਗ੍ਰਾਮ ਦਾ ਇੱਕ ਆਲੂ ਹੋਣਾ ਹੈ ਜੀ ਮਾਸ਼ਾਅੱਲਾ ਮਾਸ਼ਾਅੱਲਾ ਆ ਚੈੱਕ ਕਰੋ ਜੀ ਐਡਾ ਆਲੂ ਮੇਰੇ ਹੱਥ ਦੇ ਵਿੱਚ ਪੂਰਾ ਆਂਦਾ ਤੇ ਮੇਰੀ ਉਮਰ ਵੀ ਤਕਰੀਬਨ 30 ਸਾਲਾਂ ਦੇ ਨੇੜੇ ਲੱਗੀ ਹੋਈ ਹੈ ਬਾਕੀ ਜੀ ਤੁਸੀਂ ਦੁਆ ਕਰ ਰਹੇ ਕਿ ਅੱਲਾਹ ਪਾਕ ਜੀ ਇਹਦੇ ਵਿੱਚ ਬਰਕਤ عطا ਫਰਮਾਵੇ ਤੇ ਆ ਇੱਥੋਂ ਪਟਿਆ ਜੀ ਇੱਥੋਂ ਐ ਐਸ ਬੇਲ ਦੇ ਮੁੱਢੋਂ ਤੇ ਬਾਕੀ ਅੱਲਾਹ ਪਾਕ ਜੀ ਇਹਦਾ ਬਰਕਤ ਦੇਵੇ ਤੇ ਤੁਸੀਂ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਵੀ ਕਰ ਰਿਹਾ ਹੈ ਜੀ ਤਾਂ ਕਿ ਮਜ਼ੀਦ ਲੋਕੀ ਵੇਖਣ ਤੇ ਜਿਹੜਾ ਸਾਡਾ ਪੰਜਾਬ ਦਾ ਅਸਲ ਕਲਚਰ ਹੈ ਜੀ ਜਿੱਥੋਂ ਇੱਕ ਪ੍ਰੋਡਕਟ ਪੈਦਾ ਹੁੰਦਾ ਹੈ ਤੇ ਪੈਦਾ ਹੋਤੇ ਉਹ ਅੱਗੇ ਬੰਤੇ ਖਾਂਦੇ ਹਨ ਪਹਾੜਾਂ ਤੇ ਜਿਹੜੇ ਬੰਦੇ ਬੈਠੇ ਨੇ ਜ਼ਰੀ ਗੱਲ ਜੀ ਉਹਨਾਂ ਕੋਲ ਆਲੂ ਨਹੀਂ ਹੈ ਐਸ ਦਫਾ ਬਰਫਬਾਰੀ ਇੰਨੀ ਹੋ ਰਹੀ ਹੈ ਉਹ ਸਾਡਾ ਆਲੂ ਜਾਂਦਾ ਹੈ ਕੋਈ ਵਜ਼ੀਰ ਮਸ਼ੀਰ ਆ ਉਹਦੇ ਦਫ਼ਤਰਾਂ ਦੇ ਵਿੱਚ ਬੈਠਾ ਹੈ ਜਾਂ ਆਪਣੇ ਘਰਾਂ ਦੇ ਵਿੱਚ ਉਹ ਵੀ ਸਾਡੇ ਕਿਸਾਨਾਂ ਦੀ ਅਨਾਜ ਖਾਂਦਾ ਹੈ ਕਿਉਂਕਿ ਹਰ ਬੰਦਾ ਜਿਹੜਾ ਵੀ ਹੈ ਨਾ ਉਹ ਖਾਣਾ ਜ਼ਰੂਰ ਖਾਂਦਾ ਹੈ ਤੇ ਰਜ਼ਕ ਅੱਲਾਹ ਪਾਕ ਨੇ ਲਿਖਾ ਹੁੰਦਾ ਹੈ ਮਗਰ ਜਿਹੜਾ ਪੈਦਾ ਕਰਦਾ ਨਹੀਂ ਰਜ਼ਕ ਨੋਇ ਕਿਸਾਨ ਹੈ ਉਹ ਸਰਦੀ ਵਿੱਚ ਗਰਮੀ ਵਿੱਚ ਕੁਝ ਵੀ ਨਹੀਂ ਵੇਖਦਾ ਉਹ ਰਤੀ ਉੱਠ ਉੱਠ ਕੇ ਪਾਣੀ ਲਾਣਦਾ ਹੈ ਉਹਦਾ ਖਿਆਲ ਕਰਦਾ ਹੈ ਜੀ ਮਗਰ ਉਹ ਨੂੰ ਨਾ ਸ਼ਿਲਾ ਨਹੀਂ ਸਹੀ ਲਬਦਾ ਪੀਆ ਕਹਣਾ ਕਿ ਹੈ ਜੀ ਤਾਂ ਅਸੀਂ 15000 ਦੀ ਡੀਏਪੀ ਲੈ ਤੇ ਪਾਈ ਹੈ ਜੀ 5-5000 ਦੀ ਯੂਰੀਆ ਸੇ ਨੂੰ ਲੈ ਤੇ ਪਾਉਂਦੇ ਪਏ ਆਏ ਮਗਰ ਇਹ ਕਿਲਾ ਜੀ ਹੋਣਾ तकरीबन ਪੌਣੇ 2 ਲੱਖ 1.5 ਲੱਖ ਦਾ ਤੇ 1 ਏਕੜ ਤੇ ਨਾਰਮਲ ਖਰਚਾ ਵੀ ਕਰੀਏ ਤਾਂ ਪੌਣੇ 2 ਲੱਖ ਰੁਪਈਆ ਅੱਜ ਕੱਲ੍ਹ ਆ ਰਹੀ ਹੈ ਜੀ ਬਾਕੀ ਅੱਲਾਹ ਪਾਕ ਗੇ ਦੁਆ ਹੈ ਜੀ ਅੱਲਾਹ ਪਾਕ ਸਾਡੇ ਰਜ਼ਕ ਵਿੱਚ ਹੋਰ ਇਜ਼ਾਫਾ ਫਰਮਾਵੇ ਜਿੰਨਾ ਕੋ ਰਜ਼ਕ ਨਹੀਂ ਹੈ ਜਿਹੜੇ ਵਿਚਾਰੇ ਕਮਾਕਾਰਾਂ ਕਰਦੇ ਹਨ ਜਾਂ ਉਹਨਾਂ ਦਿਹਾੜੀ ਨਹੀਂ ਲੱਗਦੀ ਭਈ ਅੱਲਾਹ ਪਾਕ ਉਹਨਾਂ ਨੂੰ ਰਜ਼ਕ ਦੇਵਣ ਵਾਲਾ ਜੀ ਉਹਨਾਂ ਨੂੰ ਵੀ ਦੇਸੀ ਬਾਕੀ ਤੁਸੀਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਹੋ